ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜੇਕਰ ਸਾਡਾ ਪੰਜਾਬ ਦਾ ਸੱਭਿਆਚਾਰ ਕਿਸੇ ਨੇ ਸਾਂਭਿਆ ਤਾਂ ਉਹ ਸਾਂਭਿਆ ਗ੍ਰੰਥੀ ਪ੍ਰਚਾਰਕਾਂ ਨੇ। ਜੇ ਗ੍ਰੰਥੀ ਪ੍ਰਚਾਰਕ ਕੁੜਤੇ ਪਜਾਮੇ ਬਾਣੇ ਨਾ ਪਾਉਂਦੇ ਤਾਂ ਦੱਸੋ ਪੰਜਾਬ ਦੇ ਵਿੱਚ ਲੱਭਣੇ ਸਾਨੂੰ ਕੁੜਤੇ ਪਜਾਮੇ ਜਾਂ ਬਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਮੈਂ ਬੇਨਤੀ ਕਰਾਂ, ਸਮਾਂ ਵੀ ਆਪਣੇ ਕੋਲ ਥੋੜ੍ਹਾ ਹੈ, ਭਾਈ ਜਸਵਿੰਦਰ ਸਿੰਘ ਰਾਜਪੁਰਾ ਜਿਨ੍ਹਾਂ ਨੇ ਕਿ ਪਿੱਛੇ ਗ੍ਰੰਥੀ ਦੇ ਨਾਲ ਪਟਿਆਲੇ ਦੇ ਵਿੱਚ ਧੱਕਾ ਹੋਇਆ ਸੀ, ਉੱਥੇ ਮਦਦ ਦੇ ਵਾਸਤੇ ਉਹਨਾਂ ਨੇ ਜਿਹੜਾ ਵੱਡਾ ਯੋਗਦਾਨ ਪਾਇਆ, ਜਿਨ੍ਹਾਂ ਦੇ ਯੋਗਦਾਨ ਸਦਕਾ ਉਸ ਇਲਾਕੇ ਦੇ ਵਿੱਚ ਜਿਹੜੀਆਂ ਪ੍ਰਬੰਧਕ ਕਮੇਟੀਆਂ ਉਹ ਸੁਚੇਤ ਹੋਈਆਂ ਨੇ ਵੀ ਇੱਦਾਂ ਦੀ ਕੋਈ ਗੱਲ ਜਿਹੜੀ ਚੰਗੇ ਗ੍ਰੰਥੀਆਂ ਦੇ ਨਾਲ ਨਾ ਕੀਤੀ ਜਾਵੇ। ਸੋ ਮੈਂ ਬੇਨਤੀ ਕਰਾਂ ਭਾਈ ਜਸਵਿੰਦਰ ਸਿੰਘ ਰਾਜਪੁਰਾ ਜੀ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਅੱਜ ਗੁਰੂ ਨੇ ਕਿਰਪਾ ਕੀਤੀ ਸਾਡੇ ਦੇ ਉੱਤੇ ਕਿ ਅਸੀਂ ਪੰਥ ਦੇ ਵਿੱਚ ਆਈ ਹੋਈ ਇੱਕ ਵੱਡੀ ਗਿਰਾਵਟ ਵਾਸਤੇ ਚਰਚਾ ਕਰਨ ਲਈ ਇਕੱਤਰਿਤ ਹੋਏ ਹਾਂ। ਕਿਉਂਕਿ ਮੈਂ ਸਮਝਦਾ ਵੀ ਪਹਿਲੀ ਗੱਲ ਤਾਂ ਸਿੱਖ ਇਕੱਠੇ ਹੀ ਨਹੀਂ ਹੁੰਦੇ, ਅਤੇ ਜੇ ਇਕੱਠੇ ਹੋ ਜਾਣ, ਜੇ ਵਿਚਾਰ ਕਰਨ ਤੱਕ ਇਹ ਆ ਜਾਣ ਤਾਂ ਮੈਂ ਸਮਝਦਾ ਹੱਲ ਵੱਲ ਵੀ ਵਧਣਗੇ ਅਤੇ ਵਧਿਆ ਜਾ ਸਕਦਾ। ਸੋ ਵਿਚਾਰਾਂ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਡੇ ਵੀਰਾਂ 'ਚ ਕਿਰਪਾ ਕੀਤੀ, ਉਹਨਾਂ ਨੂੰ ਸਮਰਥ ਬਖਸ਼ੀ ਕਿ ਅਸੀਂ ਕੋਈ ਨਾ ਕੋਈ ਇੱਕ ਵੱਡੀ ਲਹਿਰ ਖੜੀ ਕਰੀਏ, ਜਿਹੜੀ ਸਾਡੇ ਆਏ ਦਿਨ ਗ੍ਰੰਥੀ ਸਿੰਘਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ। ਮੈਂ ਸਮਝਦਾ, ਮਾਫ ਕਰਨਾ ਗੁਰੂ ਕੀ ਸੰਗਤ, ਮੈਂ ਇਹ ਸ਼ਬਦ ਵਰਤਣ ਲੱਗਿਆ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਇਹੋ ਜਿਹੇ ਹਾਲਾਤ ਦੇਖੇ ਨੇ ਕਿ ਯੂਪੀ ਬਿਹਾਰ ਦੇ ਭਈਏ ਦੇ ਵੀ ਨਹੀਂ ਹੁੰਦੇ ਹੈ। ਮਾਫ ਕਰਨਾ ਗੁਰੂ ਕੀ ਸੰਗਤ, ਕਿਉਂ ਸਾਡੇ ਇਹੋ ਜਿਹੇ ਹਾਲਾਤ ਬਣ ਗਏ? ਕਿਤੇ ਸਾਨੂੰ ਵਜ਼ੀਰ ਸਮਝਿਆ ਜਾਂਦਾ ਸੀ ਗੁਰੂ ਦਾ, ਕਿਤੇ ਪਿੰਡਾਂ ਦੇ ਵਿੱਚ ਇਤਿਹਾਸ ਫੋੜ ਕੇ ਵੇਖੀਏ, ਪਿੰਡਾਂ ਦੇ ਵਿੱਚ ਸੰਗਤ ਲੋਕ ਫੈਸਲੇ ਕਰਾਉਣ ਲਈ ਥਾਣੇ ਕਚਹਿਰੀ ਦੇ ਵਿੱਚ ਨਹੀਂ ਗ੍ਰੰਥੀ ਸਿੰਘਾਂ ਕੋਲ ਜਾਂਦੇ ਹੁੰਦੇ ਸੀਗੇ। ਪਿੰਡਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਸਕੂਲਾਂ ਦੇ ਵਿੱਚ ਉਦੋਂ ਸਿਖਾਈ ਨਹੀਂ ਜਾਂਦੀ ਸੀ, ਗ੍ਰੰਥੀ ਸਿੰਘਾਂ ਕੋਲ ਭੇਜਿਆ ਜਾਂਦਾ ਸੀਗਾ। ਪਰ ਅੱਜ ਕੀ ਹਾਲਾਤ ਬਣ ਗਏ ਨੇ ਸਾਡੇ? ਕਿਉਂ, ਕਦੋਂ, ਕਿਵੇਂ ਕੌਮਾਂ ਦੇ ਹਾਲਾਤ ਇੱਦਾਂ ਬਣਦੇ ਨੇ? ਖਾਲਸਾ ਜੀ, ਇੱਥੇ ਇੱਕ ਸ਼ਬਦ ਤੁਸੀਂ ਲਿਖਿਆ ਬੋਰਡ ਦੇ ਉੱਤੇ ਕਿ ਸਾਡਾ ਇਸ ਪ੍ਰੋਗਰਾਮ ਦਾ, ਸੰਸਥਾ ਦਾ, ਜਥੇਬੰਦੀ ਦਾ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ, ਉਹ ਬਿਲਕੁਲ ਦਰੁਸਤ ਹੈ। ਪਰ ਖਾਲਸਾ ਜੀ, ਸਾਡੀ ਸਮੱਸਿਆ ਦਾ ਸੰਬੰਧ ਰਾਜਨੀਤੀ ਨਾਲ ਜ਼ਰੂਰ ਹੈ, ਉਹ ਮੈਂ ਵਿਚਾਰਾ ਕਰਾਂਗਾ ਤੁਹਾਡੇ ਨਾਲ ਕਿਵੇਂ। ਇਹ ਇੱਕਦਮ ਨਹੀਂ, ਗ੍ਰੰਥੀ ਸਿੰਘਾਂ ਦੇ ਜਿਹੜਾ ਗਿਰਾਵਟ ਆ ਗਈ ਉਹਨਾਂ ਨੂੰ ਬਿਲਕੁਲ ਧੱਕੇ
ਪੈਣ ਲੱਗ ਗਏ ਨੇ ਗੁਰਦੁਆਰਿਆਂ ਦੇ ਵਿੱਚ, ਬਹੁਤ ਘੱਟ ਤੋਂ ਘੱਟ ਸੇਵਾਵਾਂ ਦਿੱਤੀ ਜਾ ਰਹੀਆਂ ਨੇ, ਭੇਟਾ ਤਨਖਾਹ ਵੀ ਸ਼ਬਦ ਵਰਤ ਸਕਦੇ ਹਾਂ ਆਪਾਂ। ਇਹਦੇ ਪਿੱਛੇ ਇੱਕ ਲੰਮਾ ਸਮਾਂ ਲੱਗਿਆ ਸਾਡੇ ਨਾਲ, 1947 ਹੋਇਆ ਉਦੋਂ ਵੀ ਸਾਡੇ ਨਾਲ ਕੀ ਵਾਪਰਿਆ, ਪੰਜਾਬੀ ਸੂਬੇ ਲਈ ਅਸੀਂ ਸੰਘਰਸ਼ ਕੀਤਾ ਉਦੋਂ ਵੀ ਸਾਨੂੰ ਕੀ ਮਿਲਿਆ, ਅਤੇ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਤਾਂ ਉਦੋਂ 'ਤੇ ਸਾਰਾ ਕੁਛ ਤਹਿਸ ਨਹਿਸ ਹੋ ਗਿਆ ਨਾ। ਉਸ ਸੰਘਰਸ਼ ਦੇ ਦੌਰਾਨ ਜਿਹੜੀ ਸਿੱਖ ਨੌਜਵਾਨੀ ਨੇ ਸਾਡੀ ਕੌਮ ਦੀ ਅਗਵਾਈ ਕਰਨੀ ਸੀ, ਸਾਡੇ ਕੌਮੀ ਮਸਲੇ ਹੱਲ ਕਰਨੇ ਸੀ, ਉਹ ਤਾਂ ਪੁਲਿਸ ਨੇ ਘਰੋਂ ਚੁੱਕ ਕੇ ਨਹਿਰਾਂ ਦੇ ਕੰਢੇ ਲਿਜਾ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤੇ। ਉਸ ਤੋਂ ਬਾਅਦ ਜਿਹੜੀ ਪੀੜ੍ਹੀ ਅੱਗੇ ਜਨਮ ਲਿਆ ਅਤੇ ਸਰਕਾਰਾਂ ਨੇ ਸੋਚ ਲਿਆ ਵੀ ਇਹ ਫੇਰ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨਗੇ, ਉਹਨਾਂ ਨੂੰ ਨਸ਼ਿਆਂ 'ਚ ਲਾ ਤਿਆ। ਖਾਲਸਾ ਜੀ ਇੱਕ ਰਿਪੋਰਟ ਕਹਿ ਰਹੀ ਹੈ ਗ੍ਰਹਿ ਮੰਤਰਾਲੇ ਦੀ ਕਿ ਮੁਲਕ ਦੇ ਵਿੱਚ ਨਸ਼ਾ ਵੇਚਣ ਦੇ ਮਾਮਲੇ ਦੇ ਵਿੱਚ 37% ਤਸਕਰ ਪੰਜਾਬ ਨਾਲ ਸੰਬੰਧਿਤ ਨੇ। ਖਾਲਸਾ ਜੀ ਇਹ ਉਹੀ ਪੰਜਾਬੀ ਨੇ ਜਿਨ੍ਹਾਂ ਨੇ ਕਦੇ ਆਪਣੀ ਚਮੜੀ ਖੰਨਾ ਲੁਹਾਲੀਆਂ ਸੀ ਪਰ ਤੰਬਾਕੂ ਦੀ ਪੁੱਠ ਨਹੀਂ ਚੁੱਕੀ ਸੀ। ਉਹੀ ਸਿੱਖ ਨੇ ਖਾਲਸਾ ਜੀ। ਸੋ ਸਾਨੂੰ ਇਹ ਸਾਰੀ ਗੱਲਾਂ ਨੂੰ ਸਮਝਣਾ ਪੈਣਾ ਕਿ ਕਿਵੇਂ ਸਾਡੇ ਅੰਦਰ ਗਿਰਾਵਟ ਆਈ ਜਾਂ ਲਿਆਂਦੀ ਗਈ ਹੈ। ਇੱਕ ਸੱਜਣ ਕਿਤੇ ਗਿਆ, ਮੈਂ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਸੀ, ਉੱਥੇ ਬੱਚਿਆਂ ਨੂੰ ਪੁੱਛਿਆ ਗਿਆ ਕਿ ਜਿਹੜਾ ਪੰਜਾਬੀ ਸੱਭਿਆਚਾਰ ਹੈ ਉਹ ਕਿਹਨੇ ਬਚਾਇਆ ਹੋਇਆ, ਅਤੇ ਉੱਥੇ ਬੱਚਿਆਂ ਨੇ ਕੁਛ ਟੀਚਰਾਂ ਨੇ ਵੀ ਜਵਾਬ ਦਿੱਤਾ ਕਿ ਜਿਹੜੇ ਪੰਜਾਬੀ ਸਿੰਗਰ ਨੇ ਗਾਇਕ ਨੇ ਉਹਨਾਂ ਨੇ ਪੰਜਾਬੀ ਸੱਭਿਆਚਾਰ ਬਚਾਇਆ। ਮੈਨੂੰ ਉਸੇ ਸਮੇਂ ਬੜਾ ਗੁੱਸਾ ਲੱਗਿਆ, ਮੈਂ ਚਾਹੁੰਦਾ ਸੀ ਉਸੇ ਸਮੇਂ ਉੱਠ ਕੇ ਜਵਾਬ ਦਿੱਤਾ ਜਾਵੇ ਇਸ ਗੱਲ ਦਾ, ਪਰ ਮੈਂ ਸੋਚਿਆ ਜਦੋਂ ਮੇਰੀ ਵਾਰੀ ਆਉਣੀ ਹੈ ਤਾਂ ਉਸ ਸਮੇਂ ਦਿੱਤਾ ਜਾਵੇਗਾ ਇਸ ਗੱਲ ਦਾ ਜਵਾਬ। ਸਾਡਾ ਸਭ ਤੋਂ ਵੱਧ ਜਿਹੜਾ ਬੇੜਾ ਗਰਕ ਹੈ ਉਹ ਮੈਂ ਸਮਝਦਾ ਪੰਜਾਬੀ ਗਾਇਕਾਂ ਨੇ ਸਿੰਗਰਾਂ ਨੇ ਕੀਤਾ। ਇਹੋ ਜਿਹੇ ਗਾਣੇ ਬਣਾ ਦਿੱਤੇ ਕਿ ਜਿਹੜੇ ਇੱਥੇ ਮੇਰੇ ਬਜ਼ੁਰਗ ਬੈਠੇ ਨੇ, ਕਦੇ ਟੀ ਵੀ ਲੱਗਦਾ ਸੀ ਕਿ ਕੋਈ ਗਾਣਾ ਕੋਈ ਫਿਲਮ ਇੱਦਾਂ ਦੀ ਆਉਂਦੀ ਸੀ ਕਿਤੇ ਕਿ ਉਹ ਉੱਠ ਕੇ ਬਾਹਰ ਚਲੇ ਜਾਂਦੇ ਸੀ, ਪਰ ਇਹੋ ਜਿਹੇ ਗਾਣੇ ਅਸੀਂ ਸੁਣਨ ਲਈ ਮਜਬੂਰ ਹੋ ਗਏ ਹਾਂ, ਆਦੀ ਹੋ ਗਏ ਹਾਂ, ਯੂਜ਼ ਟੂ ਹੋ ਗਏ ਹਾਂ ਕਿ ਸਾਡੀ ਕੋਈ ਭੈਣ ਨਾਲ ਬੈਠੀ ਹੋਵੇ ਅਤੇ ਸਾਡਾ ਜਾਂ ਪਿਓ ਨਾਲ ਬੈਠਿਆ ਹੋਵੇ, ਸਾਨੂੰ ਮਹਿਸੂਸ ਹੀ ਨਹੀਂ ਹੁੰਦਾ। ਅਤੇ ਗੱਲ ਕਰ ਰਿਹਾ ਸੀ ਮੈਂ ਸੱਭਿਆਚਾਰ ਦੀ, ਦਾਸ ਦਾ ਮੇਰਾ, ਮੈਂ ਕੋਈ ਗ੍ਰੰਥੀ ਕਥਾਵਾਚਕ ਨਹੀਂ ਪਰ ਮੇਰੇ ਲਈ ਸਤਿਕਾਰ ਬਹੁਤ ਹੈ ਗ੍ਰੰਥੀ ਸਿੰਘਾਂ ਦਾ, ਮੇਰਾ ਆਪਦਾ ਬਿਜ਼ਨਸ ਹੈ। ਕਿਤੇ ਦੂਰ ਦੁਰਾਡੇ ਜਾਣਾ ਪੈਂਦਾ ਬੱਸ 'ਚ, ਟ੍ਰੇਨ 'ਚ ਜਾਂ ਹੋਰ ਥਾਂ 'ਤੇ ਕਿਤੇ, ਮੈਨੂੰ ਬਹੁਤੇ ਮੋਸਟਲੀ ਲੋਕ ਪੁੱਛਦੇ ਨੇ ਭਾਈ ਸਾਹਿਬ ਜੀ ਕੁੜਤਾ ਪਜਾਮਾ ਜ਼ਿਆਦਾਤਰ ਮੈਂ ਪਾਉਂਦਾ, ਪੈਂਟ ਕਮੀਜ਼ ਵੀ ਪਾ ਲਈ ਕਿਤੇ ਕਿਤੇ, ਭਾਈ ਸਾਹਿਬ ਜੀ ਕਿੱਥੇ ਡਿਊਟੀ ਕਰਦੇ ਹੋ? ਅਤੇ ਮੇਰੇ ਉਦੋਂ ਹੀ ਮਤਲਬ ਦਿਮਾਗ 'ਚ ਗੱਲ ਸੇਵ ਸੀ ਉਹ ਵਾਲੀ, ਮੈਂ ਦੱਸਿਆ ਉਹਨਾਂ ਨੂੰ ਜੇਕਰ ਸਾਡਾ ਪੰਜਾਬ ਦਾ ਸੱਭਿਆਚਾਰ ਕਿਸੇ ਨੇ ਸਾਂਭਿਆ ਤਾਂ ਉਹ ਸਾਂਭਿਆ ਗ੍ਰੰਥੀ ਪ੍ਰਚਾਰਕਾਂ ਨੇ। ਜੇ ਗ੍ਰੰਥੀ ਪ੍ਰਚਾਰਕ ਕੁੜਤੇ ਪਜਾਮੇ ਬਾਣੇ ਨਾ ਪਾਉਂਦੇ ਤਾਂ ਦੱਸੋ ਪੰਜਾਬ ਦੇ ਵਿੱਚ ਲੱਭਣੇ ਹੀ ਸਾਨੂੰ ਕੁੜਤੇ ਪਜਾਮੇ ਜਾਂ ਬਾਣੇ? ਸਤਿ ਸ੍ਰੀ ਅਕਾਲ। ਸੋ ਸਾਨੂੰ ਇਸ ਗੱਲ ਦੇ ਉੱਤੇ ਸਾਡੀ ਜ਼ਿੰਮੇਵਾਰੀ ਸੀ SGPC ਦੀ ਕਿ ਇਹ ਸਮੱਸਿਆ ਸਾਡੀ ਗੰਭੀਰ ਬਣ ਰਹੀ ਹੈ ਦਿਨੋ ਦਿਨ, ਕਿ ਗ੍ਰੰਥੀ ਸਿੰਘਾਂ ਦੇ ਜਿਹੜੇ ਮਸਲੇ ਨੇ
ਉਹ ਹੱਲ ਲਈ ਇੱਕ ਪ੍ਰੋਫੈਸਰਾਂ ਦੀ ਟੀਮ ਬਣਾਈ ਜਾਵੇ, ਇੱਕ ਟੀਮ ਗਠਨ ਕੀਤੀ ਜਾਵੇ ਜਿਹੜੀ ਪਿੰਡ ਪਿੰਡ ਜਾ ਕੇ ਗੁਰਦੁਆਰਾ ਕਮੇਟੀਆਂ ਨਾਲ ਗੱਲ ਕਰੇ। ਜੇ ਕਿਤੇ ਗ੍ਰੰਥੀਆਂ ਸਿੰਘਾਂ ਦੇ ਵਿੱਚ ਵੀ ਘਾਟ ਹੈ, ਉਹ ਕੈਂਪ ਲਾਏ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਜੇ ਕੁਛ ਗ੍ਰੰਥੀਆਂ 'ਚ ਗਿਰਾਵਟ ਹੈ ਤੁਸੀਂ ਉਹਨਾਂ ਦੇ ਹੱਕ ਵਿੱਚ ਗੱਲ ਇਹ ਨਾ ਕਰੋ। ਗਿਰਾਵਟ ਅੱਜ ਸਾਡੇ ਕਿਹੜੇ ਫੀਲਡ ਦੇ ਵਿੱਚ ਨਹੀਂ ਹੈਗੀ? ਸਾਡੇ ਜਥੇਦਾਰਾਂ 'ਚ ਨਹੀਂ, SGPC ਦੇ ਪ੍ਰਧਾਨ ਵਿੱਚ ਨਹੀਂ, ਸਾਡੀ ਸਰਕਾਰ 'ਚ ਨਹੀਂ। ਫਿਰ ਤੁਸੀਂ ਗੱਲ ਕਰਨੀ ਬੰਦ ਕਰ ਦਿਓਗੇ? ਨਹੀਂ ਖਾਲਸਾ ਜੀ, ਜਿਹੜੀ ਕੌਮ ਦੇ ਮੈਂ ਸਮਝਦਾ ਉਸ ਤੋਂ ਵੱਧ ਜਿਹੜੀ ਮਦਭਾਗੀ ਕਿਸਮਤ ਕਿਸੇ ਕੌਮ ਦੀ ਨਹੀਂ ਹੋ ਸਕਦੀ, ਜਿਹੜੀ ਕੌਮ ਦੇ ਗ੍ਰੰਥੀਆਂ ਨੂੰ ਗੁਰਦੁਆਰਿਆਂ ਦੇ ਵਿੱਚ ਧੱਕੇ ਮਾਰੇ ਜਾਣ, ਉਹਨਾਂ ਤੋਂ ਪੋਚਾ ਲਵਾਇਆ ਜਾਵੇ, ਉਹਨਾਂ ਨੂੰ ਚੌਂਕੀਦਾਰ ਬਣਾ ਕੇ ਰੱਖਿਆ ਜਾਵੇ। ਅਤੇ ਕਿਤੇ ਕਿਤੇ ਇਹੋ ਜਿਹਾ ਵੀ ਸੁਣਨ ਨੂੰ ਮਿਲਦਾ, ਦੇਖਣ ਨੂੰ ਮਿਲਦਾ ਕਿ ਗੁਰਦੁਆਰੇ ਦੇ ਪ੍ਰਧਾਨ ਦੇ ਘਰੇ ਕੱਪੜੇ ਵੀ ਧੁਆਏ ਜਾਂਦੇ ਨੇ ਗ੍ਰੰਥੀਆਂ ਤੋਂ। ਮੈਂ ਇੱਕ ਘਟਨਾ ਸਾਂਝੀ ਕਰਾਂਗਾ ਆਪ ਜੀ ਦੇ ਨਾਲ। ਪਟਿਆਲੇ ਦੇ ਲਾਗੇ ਸਿਆਲੂ ਪਿੰਡ ਹੈ, ਉੱਥੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਨੀ ਸੀ, ਕਿਉਂਕਿ ਉੱਥੇ ਸਮਾਧ ਦੇ ਉੱਤੇ ਪਾਠ ਰਖਾਇਆ ਜਾ ਰਿਹਾ ਸੀ। ਅਸੀਂ ਰੋਕੇ ਸੀ ਜਾ ਕੇ, ਅਤੇ ਪਿੰਡ ਵਾਲੇ ਕਹਿਣ ਲੱਗੇ ਵੀ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਪਿੰਡ ਦੀ, ਉਹਦੀ ਚੋਣ ਕਰ ਦਿਓ ਵੱਖਰੀ ਅੰਮ੍ਰਿਤਧਾਰੀ ਸਿੰਘਾਂ ਦੀ। ਅਤੇ ਇਕੱਠ ਰੱਖਿਆ, ਇਕੱਠ ਦੇ ਵਿੱਚ ਬੈਠੇ ਅਤੇ ਉਹ ਕਹਿਣ ਲੱਗੇ, ਭਾਈ ਸਾਹਿਬ ਜੀ ਆਹ ਗ੍ਰੰਥੀ ਦੀ ਵੀ ਗੱਲ ਸੁਣ ਲਿਓ, ਗ੍ਰੰਥੀ ਨੇ ਬੜਾ ਤੰਗ ਕਰਿਆ ਸਾਨੂੰ। ਅਤੇ ਅਸੀਂ ਸੋਚਿਆ ਵੀ ਸ਼ਾਇਦ ਕੋਈ ਛੋਟੀ ਮੋਟੀ ਗੱਲ ਹੋਵੇਗੀ, ਅਤੇ ਅਸੀਂ ਪੁੱਛਿਆ ਵੀ ਦੱਸੋ ਵੀ ਕੀ ਸ਼ਿਕਾਇਤ ਹੈ ਗ੍ਰੰਥੀ ਸਿੰਘ ਤੋਂ। ਇੱਕ ਕਹਿਣ ਲੱਗਿਆ ਵੀ ਗ੍ਰੰਥੀ ਸਿੰਘ ਹੈ ਸੁਖਮਣੀ ਸਾਹਿਬ ਦੇ, ਕਿਤੋਂ 5500 ਲੈ ਲੈਂਦਾ, ਕਿਤੇ 2100 ਲੈ ਲੈਂਦਾ, ਕਿਤੇ 500 'ਚ ਵੀ ਕਰ ਦਿੰਦਾ। ਫਿਰ ਕਹਿਣ ਲੱਗਿਆ ਕਿ ਗ੍ਰੰਥੀ ਸਿੰਘ ਦਰਵਾਜ਼ਾ ਗੇਟ ਹੈ ਜਿਹੜਾ, ਉਹ ਤਿੰਨੋਂ ਟਾਈਮ ਸਹੀ ਸਮੇਂ ਨਹੀਂ ਬੰਦ ਕਰਦਾ। ਇੱਕ ਕਹਿਣ ਲੱਗਿਆ ਕਿ ਗ੍ਰੰਥੀ ਸਿੰਘ ਦੀ ਘਰਵਾਲੀ ਜਿਹੜਾ ਡਾਲੀ ਕਰਕੇ ਦੁੱਧ ਲਿਆਉਂਦੇ ਨੇ, ਉਹਦੀ ਚਾਹ ਨਹੀਂ ਬਣਾ ਕੇ ਦਿੰਦੀ। ਫਿਰ ਉਹ ਕਹਿਣ ਲੱਗਾ ਕਿ ਗ੍ਰੰਥੀ ਸਿੰਘ ਹੈ ਜਿਹੜਾ ਬਾਹਰ ਬੂਟੇ ਲੱਗੇ ਨੇ ਉਹਨਾਂ ਦੀ ਦੇਖਭਾਲ ਨਹੀਂ ਕਰਦਾ, ਝਾੜੂ ਨਹੀਂ ਮਾਰਦਾ। ਅਤੇ ਮੈਂ ਸੁਣ ਕੇ ਸਾਰੀ ਗੱਲਾਂ ਹੈਰਾਨ ਹੋ ਗਿਆ ਵੀ ਯਾਰ ਇੰਨੇ ਕੁਸ਼ਚਨ ਗ੍ਰੰਥੀ ਸਿੰਘ ਦੇ ਉੱਤੇ ਵੀ ਸਾਰਾ ਪਿੰਡ ਕਰੀ ਜਾਂਦਾ, ਵੀ ਕਾਰਨ ਕੀ? ਉੱਥੇ ਗ੍ਰੰਥੀ ਸਿੰਘ ਬੈਠੇ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮੈਂ ਕਿਹਾ ਭਾਈ ਸਾਹਿਬ ਜੀ, ਕੁਦਰਤੀ ਦਿਮਾਗ ਦੇ ਵਿੱਚ ਗੱਲ ਆਈ ਕਿ ਜਿਹੜੀ ਤੁਹਾਨੂੰ ਭੇਟਾ ਹੈ, ਭੇਟਾ ਸ਼ਬਦ ਵਰਤਿਆ, ਵੀ ਜਿਹੜੀ ਭੇਟਾ ਹੈ ਉਹ ਕਿੰਨੀ ਦਿੱਤੀ ਜਾ ਰਹੀ ਹੈ? ਆਹ ਮੇਰੇ ਵੀਰ ਨੇ ਤਾਂ ਇੱਥੇ ਲਾਸਟ ਹੈ ਜਿਹੜੀ 2000 ਲਿਖਿਆ ਸੀਗਾ, ਅਤੇ ਮੈਨੂੰ ਸ਼ਰਮ ਆਈ ਸੁਣ ਕੇ ਜਦੋਂ ਉਹ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਜੀ ਮੈਨੂੰ 500 ਰੁਪਈਆ ਭੇਟਾ ਮਿਲ ਗਈ ਹੈ। ਖਾਲਸਾ ਜੀ, ਇੰਨੇ ਮਾੜੇ ਹਾਲਾਤ, 500 ਰੁਪਈਆ, ਅਤੇ 500 ਰੁਪਏ ਦੇਣਾ ਅਤੇ ਉਹਨੂੰ ਕਹਿਣਾ ਵੀ ਕਿ ਘਰ ਦੀ ਸਾਨੂੰ ਦੁੱਧ ਨਹੀਂ ਪਿਆਉਂਦੀ, ਚਾਹ ਨਹੀਂ ਪਿਆਉਂਦੀ, ਪੋਚਾ ਨਹੀਂ ਲਾਉਂਦੇ, ਇਹ ਚੌਂਕੀਦਾਰਾਂ ਨਹੀਂ ਕਰਦੇ, ਵੀ ਗ੍ਰੰਥੀ ਸਿੰਘ ਕੀ ਕਰੇ? ਖਾਲਸਾ ਜੀ, ਇਹੋ ਜਿਹੇ ਹਾਲਾਤ ਬਣਾਤੇ ਨੇ। ਬਣਾਏ ਕਿਹਨੇ ਨੇ? ਜਿਹੜਾ ਇੱਥੇ ਆਪਾਂ ਸ਼ਬਦ ਲਿਖਿਆ, ਰਾਜਨੀਤੀ। ਜੇਕਰ ਕਿਤੇ ਸਾਡੇ ਚੰਗੇ ਗੁਰਸਿੱਖਾਂ ਕੋਲ SGPC ਦਾ ਪ੍ਰਬੰਧ ਹੋਵੇ ਤਾਂ ਤੁਸੀਂ ਸੋਚ ਵੀ ਸਕਦੇ ਕਿ ਗ੍ਰੰਥੀ ਸਿੰਘਾਂ ਨੂੰ ਕਿਤੇ ਸਮੱਸਿਆ ਆਵੇਗੀ। ਕਿਉਂ ਨਹੀਂ SGPC ਵੱਲੋਂ, ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੁੰਦਾ, ਕਿਸੇ
ਵੋਟਾਂ ਲੈਣ ਲਈ ਤਾਂ ਕਿਸੇ ਨੂੰ ਮਿੰਟ 'ਚ ਹੁਕਮਨਾਮਾ ਜਾਰੀ ਕਰ ਦਿੰਦੇ ਨੇ ਅਤੇ ਮਿੰਟਾਂ ਦੇ ਵਿੱਚ ਚਾਰ ਸਿੰਘ ਕਤਲ ਕਰਾਉਣ ਤੋਂ ਬਾਅਦ ਵੀ ਮਿੰਟਾਂ 'ਚ ਮਾਫ਼ ਕਰ ਦਿੰਦੇ ਨੇ। ਪਰ ਗ੍ਰੰਥੀ ਸਿੰਘ ਬਾਰੇ ਕਦੇ ਸੋਚਿਆ ਕਿ ਅਸੀਂ ਹੁਕਮਨਾਮਾ ਜਾਰੀ ਕਰੀਏ ਕਿ ਜਿਹੜਾ ਕੋਈ ਵੀ ਗ੍ਰੰਥੀ ਸਿੰਘ ਦਾ ਬੱਚਾ ਉਹ ਆਪ ਫੀਸ ਨਾ ਭਰੇ, ਗੁਰਦੁਆਰਾ ਪ੍ਰਬੰਧਕ ਕਮੇਟੀ ਭਰੇਗੀ। ਖਾਲਸਾ ਜੀ, ਸਾਡਾ 12 ਅਰਬ ਦਾ ਬਜਟ ਹੈ ਇਤਿਹਾਸਿਕ ਗੁਰਦੁਆਰਿਆਂ ਦਾ, ਸਿਰਫ ਪਿੰਡਾਂ ਦੇ ਗੁਰਦੁਆਰਿਆਂ ਤੋਂ ਬਿਨਾਂ। ਕੀ ਉਹ ਬਜਟ ਬਾਦਲ ਦੀ ਰੈਲੀਆਂ ਵਾਸਤੇ ਹੈ? ਕੀ ਉਹ ਬਜਟ ਰੈਲੀਆਂ ਦੇ ਲਈ ਲੰਗਰ ਲਾਉਣ ਲਈ ਹੈ? ਕਿੱਥੇ ਜਾਂਦਾ ਅਖੀਰ ਉਹ ਬਜਟ? ਮੈਂ ਥੋੜ੍ਹੇ ਦਿਨ ਪਹਿਲਾਂ SGPC ਦੇ ਬਜਟ ਦੀ ਸਟੱਡੀ ਕਰ ਰਿਹਾ ਸੀ, ਇਕੱਲੇ ਦੁਖਨਿਵਾਰ ਸਾਹਿਬ ਦਾ ਗੁਰਦੁਆਰੇ ਦਾ ਪੜ੍ਹਿਆ, 24.5 ਕਰੋੜ ਰੁਪਈਆ ਬਜਟ, ਅਤੇ ਉੱਥੇ 2-4 ਪਿੰਡਾਂ 'ਚ ਸਾਡੀ ਮੀਟਿੰਗਾਂ ਵੀ ਚੱਲਦੀਆਂ ਸੀ। ਮੈਂ ਸਿੱਖਾਂ ਨੂੰ ਪੁੱਛਿਆ ਕਿ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਹੈੱਡਕੁਆਰਟਰ ਹੈ ਧਰਮ ਪ੍ਰਚਾਰ ਕਮੇਟੀ ਦਾ, ਸਾਡਾ ਇਤਿਹਾਸਿਕ ਸਥਾਨ ਹੈ, ਉਹਦਾ 24.5 ਕਰੋੜ ਰੁਪਈਆ ਬਜਟ ਹੈ ਇੱਕ ਗੁਰਦੁਆਰੇ ਦਾ। ਕਿਤੇ ਸੁਣਿਆ ਵੀ ਉਹਨਾਂ ਨੇ ਕਿਸੇ ਗ੍ਰੰਥੀ ਸਿੰਘ ਦੀ ਫੀਸ ਭਰੀ ਹੋਵੇ ਬੱਚਿਆਂ ਦੀ? ਕੋਈ ਗ੍ਰੰਥੀ ਸਿੰਘ ਬਿਮਾਰ ਹੈ, ਪੀੜਿਤ ਹੈ, ਉਹਦੇ ਇਲਾਜ ਲਈ 5 ਰੁਪਏ ਦਿੱਤੇ ਹੋਣ, ਕਿਤੇ ਸੁਣਿਆ? ਨਹੀਂ। ਉਹ ਸਾਰਾ ਬਜਟ ਜਦੋਂ ਮੈਂ ਪੜ੍ਹਿਆ, ਜਾਂ ਤਾਂ ਪ੍ਰਧਾਨਾਂ ਨੇ ਤੇਲ ਫੂਕ ਕੇ ਮਚਾ ਤਿਆ ਜਾਂ ਸਰੋਪੇ ਪਾਤੇ ਨੇ। ਖਾਲਸਾ ਜੀ, ਸਾਡੇ ਕੋਲ ਸਾਰਾ ਕੁਛ ਹੈਗਾ। ਗੁਰੂ ਸਾਹਿਬ ਨੇ, ਦਸਮ ਪਾਤਸ਼ਾਹ ਨੇ ਇੱਕ ਇਹੋ ਜਿਹਾ ਸਾਨੂੰ ਸਿਸਟਮ ਬਣਾ ਕੇ ਦਿੱਤਾ, ਜਾਂ ਉਹਨਾਂ ਦੀ ਕਲਾ 'ਚੋਂ ਉਹ ਸਿਸਟਮ ਉਪਜਿਆ ਸੀ ਕਿ ਸਿੱਖ ਨਾ ਚਾਹੁੰਦਿਆਂ ਵੀ ਸਿੱਖ ਰਾਜਾ ਹੈ, ਬਾਦਸ਼ਾਹ ਹੈ, ਪਰ ਉਹਨੂੰ ਸਮਝਣਾ ਪੈਣਾ ਉਹ ਕਿਵੇਂ। ਗੁਰੂ ਸਾਹਿਬ ਨੇ ਸਾਡੇ ਇਹ ਜਿਹੜੇ ਸ਼ਬਦ ਵਰਤੇ ਨੇ, ਐਵੇਂ ਨਹੀਂ ਵਰਤੇ, ਹਮ ਰਾਖਤ ਪਾਤਸ਼ਾਹੀ ਦਾਵਾ, ਅਤੇ ਸਾਡੇ ਜਿਹੜੇ ਗ੍ਰੰਥੀ ਸਿੰਘ ਨੇ, ਕੌਮ ਪ੍ਰਚਾਰਕ ਨੇ, ਉਹ ਵਿਚਾਰੇ ਮੰਗਤੇ ਬਣ ਕੇ ਰਹਿ ਗਏ ਨੇ। ਬੜਾ ਬੜਾ ਦੁੱਖ ਲੱਗਦਾ ਇਸ ਗੱਲ ਦਾ। ਕ੍ਰਿਸਚਨ ਪ੍ਰਚਾਰਕਾਂ ਵੱਲ ਦੇਖ ਲਈਏ ਆਪਾਂ, ਬੱਚਿਆਂ ਦੀ ਫੀਸ ਮਾਫ਼, ਜੇ ਮਹੀਨੇ 'ਚ 4 ਵਾਰੀ ਉਹਨਾਂ ਨੇ ਕਿਤੇ ਸਫ਼ਰ ਕਰਨਾ ਪੂਰੇ ਮੁਲਕ 'ਚ ਕਿਤੇ ਵੀ, ਉਹ ਫ੍ਰੀ ਹੈ ਬਿਲਕੁਲ। ਬੱਚਿਆਂ ਦੀ ਆਪ ਦੀ ਕੋਈ ਦਵਾਈ ਹੈ, ਬੁੱਢੀ ਹੈ, ਕੋਈ ਵੀ ਤਰ੍ਹਾਂ ਦੀ ਬਿਮਾਰੀ ਹੈ, ਉਹਦਾ ਇਲਾਜ ਫ੍ਰੀ ਹੈ, ਉਹਨਾਂ ਦਾ ਬੀਮਾ ਵੀ ਕਰਾਇਆ ਜਾਂਦਾ। ਖਾਲਸਾ ਜੀ, ਮੈਂ ਕਹਿੰਦਾ ਕੋਈ ਆਪਣੇ ਇੱਥੇ ਗ੍ਰੰਥੀ ਸਿੰਘਾਂ ਦੇ ਕੋਈ ਬੱਚਿਆਂ ਦੀ ਜ਼ਿੰਮੇਵਾਰੀ ਚੁੱਕ ਲਵੇ ਤਾਂ ਉਹ ਵੀ ਬੜੀ ਵੱਡੀ ਗੱਲ ਹੈ। ਫਿਰ ਕਹਿੰਦੇ ਹਾਂ ਸਾਡੇ ਗ੍ਰੰਥੀ ਚੰਗੇ ਨਹੀਂ, ਫਿਰ ਕਹਿੰਦੇ ਹਾਂ ਅਸੀਂ ਗ੍ਰੰਥੀ ਜਿਹੜੇ ਮਾੜੇ ਸੁਭਾਅ ਵਾਲੇ ਨੇ, ਕਰੈਕਟਰ ਵਾਲੇ ਨੇ, ਉਹਨਾਂ 'ਚ ਵਾਧਾ ਹੋ ਰਿਹਾ। ਖਾਲਸਾ ਜੀ, ਹੋਵੇਗਾ ਕਿਉਂ ਨਹੀਂ? ਜਦੋਂ ਕੋਈ ਪਹਿਲਾਂ ਤਾਂ ਗੱਲ ਕਰਦੇ ਹੁੰਦੇ ਸੀਗੇ ਕਿ ਸਾਡੇ ਪੜ੍ਹੇ ਲਿਖੇ ਪ੍ਰਚਾਰਕ ਗ੍ਰੰਥੀ ਨਹੀਂ, ਹੁਣ ਤਾਂ ਮੈਂ ਸਮਝਦਾ ਵੀ ਵੱਡੀ ਇੱਕ ਲੰਮੀ ਲਾਈਨ ਖੜ੍ਹੀ ਹੋ ਗਈ ਹੈ ਚੰਗੇ ਪ੍ਰਚਾਰਕਾਂ ਦੀ ਅਤੇ ਚੰਗੇ ਗ੍ਰੰਥੀਆਂ ਦੀ। ਪਰ ਅੱਜ ਵੀ ਉਹਨਾਂ ਨੂੰ 500 ਰੁਪਈਆ, 2000 ਰੁਪਇਆ, 5000 ਰੁਪਇਆ। ਖਾਲਸਾ ਜੀ, ਤੁਸੀਂ ਪਿੰਡ ਦੇ ਵਿੱਚ ਇੱਕ ਚੌਂਕੀਦਾਰ ਵੀ ਰੱਖਦੇ ਹੋ ਨਾ, ਅਤੇ ਉਹ ਮੈਂ ਕਹਿੰਦਾ 10000 ਰੁਪਏ ਦੇ ਘੱਟ ਕਿਤੇ ਨਹੀਂ ਗੱਲ ਕਰਦਾ। ਪਰ ਸਾਡੇ ਗ੍ਰੰਥੀ ਸਿੰਘ ਨੇ, ਜਿਨ੍ਹਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨਾ ਸੀ, ਬਾਣੇ ਨਾਲ ਜੋੜਨਾ ਸੀ, ਪੰਜਾਬੀ ਬੋਲੀ ਨਾਲ ਜੋੜਨਾ ਸੀ, ਸੱਭਿਆਚਾਰ ਨਾਲ ਜੋੜਨਾ ਸੀ, ਉਸ ਗ੍ਰੰਥੀ ਸਿੰਘ ਨੂੰ ਅਸੀਂ ਤਾਂ ਨੌਕਰ ਬਣਾ ਕੇ ਰੱਖਦੇ ਹਾਂ, ਕੱਪੜੇ ਵੀ ਉਹ ਵੀ ਧੋਵੇ ਪ੍ਰਧਾਨ ਦੇ।
ਖਾਲਸਾ ਜੀ ਫਿਰ ਕਿਵੇਂ ਕੌਮ ਦੀ ਚੜ੍ਹਦੀ ਕਲਾ ਹੋਵੇਗੀ। ਸਾਡੀ ਸਰਮੋਰ ਸੰਸਥਾ SGPC ਨੂੰ ਸੋਚਣਾ ਚਾਹੀਦਾ, ਪਰ ਉਹ ਨਹੀਂ ਸੋਚਣਗੇ ਖਾਲਸਾ ਜੀ। ਮੈਂ ਨਾਲੇ ਵੀ ਸ਼ਬਦ ਵਰਤ ਦਿੰਦਾ, ਕਿਉਂ ਨਹੀਂ ਸੋਚਣਗੇ ਅਤੇ ਕਦੋਂ ਸੋਚਣਗੇ, ਮੈਂ ਹੁਣ ਇਹ ਗੱਲ ਕਰਦਾ। ਮੇਰੇ ਵੀਰ ਨੇ ਜਗਦੀਪ ਸਿੰਘ ਨੇ ਬੜੀ ਸੋਹਣੀ ਗੱਲਾਂ ਕੀਤੀਆਂ ਨੇ, ਉਹਨਾਂ ਦੇ ਨਾਲ ਇੱਕ ਅਹਿਮ ਗੱਲ ਮੈਂ ਸ਼ੇਅਰ ਕਰਦਾ। ਇੱਕ ਜਥੇਬੰਦੀ ਜਿਹੜੀ ਤੁਸੀਂ ਬਣਾ ਰਹੇ ਹੋ ਬਹੁਤ ਵਧੀਆ ਗੱਲ ਹੈ, ਨਾਲ ਦੀ ਨਾਲ ਜਿੰਨੀਆਂ ਵੀ ਪੰਜਾਬ ਦੀਆਂ ਗ੍ਰੰਥੀ ਸਭਾਵਾਂ ਨੇ, ਹੋਰ ਸੰਸਥਾਵਾਂ ਨੇ, ਉਹਨਾਂ ਦੇ ਨਾਲ ਸੰਬੰਧ ਕਾਇਮ ਕਰੋ। ਉਹਨਾਂ ਦੀ ਪੰਜਾਬ ਲੈਵਲ ਦੀ ਇੱਕ ਮੀਟਿੰਗ ਬੁਲਾਓ ਕਿ ਜੇ ਸਾਡੇ ਪ੍ਰਚਾਰਕ ਗੁਰਦੁਆਰਿਆਂ ਤੋਂ ਪਿੱਛੇ ਹਟ ਗਏ ਤਾਂ ਜਿਹੜੇ ਮਾੜੇ ਲੋਕ ਨੇ ਉਹ ਗੁਰਦੁਆਰੇ ਦੇ ਵਿੱਚ ਆਪਣੇ ਆਪ ਐਂਟਰ ਹੋਣਗੇ। ਇਹ ਕੁਦਰਤੀ ਗੱਲ ਹੈ। ਖੇਤਾਂ ਦੇ ਵਿੱਚ ਜੇ ਨਹੀਂ ਫਸਲ ਬੀਜੀ ਚੰਗੀ ਤਾਂ ਨਦੀਨ ਪੈਦਾ ਹੋਣੇ ਹੀ ਹੋਣੇ ਨੇ। ਇਹਨੂੰ ਸਮਝਣ ਦੀ ਲੋੜ ਹੈ, ਸਾਡੀ ਸਮੱਸਿਆ। ਅਤੇ SGPC ਕਦੋਂ ਸੋਚੂਗੀ, ਮੈਂ ਉਹ ਗੱਲ ਕਰ ਰਿਹਾ ਸੀ। ਜਿਸ ਦਿਨ ਖਾਲਸਾ ਜੀ ਤੁਸੀਂ ਸਮੁੱਚੇ ਪੰਜਾਬ ਦੀ ਗ੍ਰੰਥੀ ਸਭਾਵਾਂ ਬਣਾ ਕੇ ਇੱਕ ਜਥੇਬੰਦੀ ਰੂਪ ਵਿੱਚ ਐਲਾਨ ਕਰ ਦਿਓਗੇ ਵੀ ਜੇ ਸਾਡੀ ਸਮੱਸਿਆਵਾਂ ਦਾ ਨਾ ਹੱਲ ਹੋਇਆ, ਆਉਂਦੀ SGPC ਚੋਣਾਂ ਦੇ ਵਿੱਚ ਅਸੀਂ ਟੱਕਰ ਦੇਵਾਂਗੇ SGPC ਨੂੰ। ਤੁਸੀਂ ਦੇਖਿਓ ਨਾ ਦੂਜੇ ਦਿਨ ਤੁਹਾਡੇ ਕੋਲ SGPC ਪ੍ਰਧਾਨ ਤੋਂ ਇਲਾਵਾ ਮੈਂਬਰ ਵੱਡੇ ਵੱਡੇ ਨਾ ਤੁਹਾਡੇ ਕੋਲ ਭੱਜੇ ਆਉਣ ਤਾਂ ਕਹਿੰਦੇ। ਇੱਕ ਵੱਡੀ ਸਾਨੂੰ ਟੱਕਰ ਦੇਣੀ ਪੈਣੀ ਇਹਨਾਂ ਲੋਕਾਂ ਨੂੰ ਜਿਹਨੇ ਸਾਡੇ ਗੁਰਦੁਆਰਾ ਸਿਸਟਮ ਨੂੰ ਆਪਣੇ ਹੱਥਾਂ ਦੇ ਵਿੱਚ ਕੈਪਚਰ ਕਰਕੇ ਸਾਰੀ ਕੌਮ ਦਾ ਜਨਾਜ਼ਾ ਕੱਢ ਰਹੇ ਨੇ ਇਹ ਲੋਕ। ਆ ਹੁਣੇ ਮੇਰੇ ਵੀਰ ਨੇ ਉਹ ਗੱਲਾਂ ਦੱਸੀਆਂ ਨੇ ਕਿ ਗ੍ਰੰਥੀ ਸਿੰਘ ਦੀ ਪਿੰਡ ਖਰਾਜਪੁਰੇ ਦਾੜੀ ਪੱਟੀ ਗਈ ਗੁਰਦੁਆਰੇ ਦੇ ਇੱਕ ਮੈਂਬਰ ਵੱਲੋਂ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਪਹੁੰਚੇ, ਚਲੋ ਦੋਨੋਂ ਪਾਸੇ ਅਸੀਂ ਕੀਤਾ ਵੀ ਸਮਝੌਤਾ ਕਰਾਇਆ ਜਾਵੇ, ਤਕਰਾਰ ਨਾ ਵਧੇ। ਉੱਥੇ ਅਸੀਂ ਸਮਝੌਤਾ ਕਰਾਤਾ। ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਗਲੇ ਦਿਨ ਫਿਰ ਜਿਹੜੇ ਸਿੱਖ ਨੌਜਵਾਨ ਨੇ ਉਹ ਗ੍ਰੰਥੀ ਸਿੰਘ ਦੀ ਦਾੜੀ ਦੀ ਬਾਰੇ ਜਾਣਕਾਰੀ ਦਿੰਦਿਆਂ ਵੀ ਪੁੱਟੀ ਗਈ ਹੈ, ਅਤੇ ਇੱਕ ਬੰਦਾ ਮੋਨਾ ਘੋਨਾ ਜਾ, ਤੁਸੀਂ ਵੀਡੀਓ ਦੇਖੀ ਹੋਊਗੀ, ਉਹ ਬੜੀ ਮੰਦੀ ਗੱਲਾਂ ਗ੍ਰੰਥੀ ਸਿੰਘ ਨੂੰ ਬੋਲ ਰਿਹਾ ਸੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ। ਅਤੇ ਸਾਨੂੰ ਤਾਂ ਉਦੋਂ ਹੀ ਬੜਾ ਰੋਹ ਚੜਿਆ ਵੀ ਇਹੋ ਜਿਹੇ ਜਿਹੜੇ ਪ੍ਰਬੰਧਕ ਨੇ, ਇਹੋ ਜਿਹੇ ਲੋਕ ਨੇ, ਇਹਨਾਂ ਨੂੰ ਹੁਣ ਨਹੀਂ ਬਰਦਾਸ਼ਤ ਕਰਨਾ ਚਾਹੀਦਾ। ਅਸੀਂ ਉਹ ਫਿਰ ਦੁਬਾਰਾ ਉਹ ਥਾਣੇ ਦੇ ਵਿੱਚ ਪਹੁੰਚੇ ਕਿ ਥਾਣੇ ਦੇ ਵਿੱਚ ਐਲਾਨ ਕੀਤਾ ਗਿਆ, ਉੱਥੇ  100-150 ਸਿੰਘ ਸੀਗਾ ਵੀ ਜੇਕਰ ਅੱਜ ਗੁਰਦੁਆਰੇ ਦਾ ਪ੍ਰਧਾਨ ਅਤੇ ਉਹ ਗ੍ਰੰਥੀ ਸਿੰਘ ਨੂੰ ਮੰਦਾ ਬੋਲਣ ਵਾਲਾ ਬੰਦਾ ਥਾਣੇ ਦੇ ਵਿੱਚ ਲਿਜਾ ਕੇ ਉੱਥੇ ਕੇਸ ਨਾ ਦਰਜ ਕੀਤਾ ਗਿਆ ਤਾਂ ਸਾਰਾ ਅਸੀਂ ਪੰਜਾਬ ਹੈ, ਵਿਸ਼ੇਸ਼ ਤੌਰ 'ਤੇ ਪਟਿਆਲਾ ਜ਼ਿਲ੍ਹਾ ਬਲੋਕ ਕਰ ਦੇਵਾਂਗੇ। ਹੱਦ ਹੈ, ਕੋਈ ਮਾੜੀ ਜਿਹੀ ਗੱਲ ਹੁੰਦੀ ਹੈ ਪੰਜਾਬ ਤੁਸੀਂ ਪਟਿਆਲਾ ਬਲੋਕ ਕਰ ਦਿੰਦੇ ਹੋ ਅਤੇ ਗ੍ਰੰਥੀ ਸਿੰਘਾਂ ਦੀ ਦਾੜੀ ਪੁੱਟੀ ਜਾਵੇ ਉੱਥੇ, ਕੋਈ ਹਾਂ ਦਾ ਨਾਰਾ ਵੀ ਨਾ ਮਾਰੇ। ਫਿਰ ਉਹ DSP ਸਾਰੀ ਫੋਰਸ ਉਹਨਾਂ ਨੇ ਲਾਈ ਘਰੋਂ ਚੁੱਕ ਕੇ ਪ੍ਰਧਾਨ ਅਤੇ ਉਹ ਸਾਰੇ ਬੰਦੇ ਲਿਆਂਦੇ ਅਤੇ ਫਿਰ ਇਸ ਗੱਲ 'ਤੇ ਸੰਗਤ ਦੀ ਸਹਿਮਤੀ ਹੋਈ ਵੀ ਇਹਨਾਂ ਨੂੰ ਉੱਤੋਂ, ਉਹ ਜਿਹੜੀ ਬਿਲਡਿੰਗ ਸੀ ਥਾਣੇ ਦੀ ਉੱਤੇ ਸੀਗੀ, ਉੱਤੋਂ ਪੁਲਿਸ ਵਾਲੇ ਘੜੀਸ ਕੇ ਥੱਲੇ ਲੈ ਕੇ ਆਉਣ। ਉਹ ਥੱਲੇ ਆ ਕੇ ਮਾਫ਼ੀ ਮੰਗੇ ਗ੍ਰੰਥੀ ਸਿੰਘ ਤੋਂ, ਸਿੱਖ ਸੰਗਤ ਤੋਂ। ਫਿਰ ਅਸੀਂ ਸੋਚਾਂਗੇ ਇਹਨੂੰ ਮਾਫ਼ ਕਰਨਾ ਕਿ ਨਹੀਂ। ਫਿਰ ਉਹ ਪ੍ਰਧਾਨ ਜਿਹੜਾ ਸਾਨੂੰ ਕਹਿ ਰਿਹਾ ਸੀ ਖੁਦ ਨੂੰ ਸਾਡੇ ਨਾਲ ਜਦੋਂ ਵਿਚਾਰ ਚਰਚਾ ਹੋਈ ਹੈ ਕਿ ਅੱਜ ਤੱਕ ਤੁਸੀਂ ਮਾਫ਼ੀ ਮੰਗਣ ਵਾਲੀ ਗੱਲ ਕਰ ਰਹੇ ਹੋ, ਮੈਨੂੰ 40 ਸਾਲ ਹੋ ਗਏ ਨੇ ਗੁਰਦੁਆਰੇ ਦਾ ਪ੍ਰਧਾਨ ਬਣਿਆ, ਕਿਸੇ ਨੇ ਉਂਗਲ ਨਹੀਂ ਕੀਤੀ। ਖਾਲਸਾ ਜੀ ਇਹ ਵੀ ਇੱਕ ਕਿੱਲਾ ਸਾਨੂੰ ਕੱਢਣਾ ਪੈਣਾ, ਜਿਹੜੇ 40-40 ਸਾਲ ਤੋਂ ਪ੍ਰਧਾਨ ਬਣੇ ਨੇ
ਉਹ ਵੀ ਲਾਉਣੇ ਪੈਣੇ ਨੇ ਕਿਸੇ ਦਿਨ। ਸਮੱਸਿਆ ਜ਼ਿਆਦਾ ਉੱਥੇ ਹੀ ਹੈ ਜਿੱਥੇ ਹਰ ਸਾਲ 2 ਸਾਲ ਬਾਅਦ 3 ਸਾਲ ਬਾਅਦ ਕਮੇਟੀ ਬਦਲਦੀ ਹੈ, ਉੱਥੇ ਐਡੀ ਸਮੱਸਿਆ ਨਹੀਂ ਆਉਂਦੀ। ਜਿੱਥੇ ਜਿਹੜੇ ਰਜਿਸਟਰਡ ਕਰਾ ਲੈਂਦੇ ਨੇ ਨਾ ਆਪਣੇ ਨਾਂ 'ਤੇ 20 ਸਾਲਾਂ 50 ਸਾਲਾਂ 40 ਸਾਲਾਂ, ਸਮੱਸਿਆ ਉੱਥੇ ਆਉਂਦੀ ਹੈ। ਫਿਰ ਉਹ 40 ਸਾਲਾਂ ਪ੍ਰਧਾਨ ਨੂੰ ਅਸੀਂ ਕਿਹਾ ਵੀ ਹੁਣ ਸੰਗਤ ਦੇ ਵਿੱਚ ਮਾਫ਼ੀ ਮੰਗ। ਉਹ ਕਹਿਣ ਲੱਗਾ ਮੈਂ ਕਮਰੇ 'ਚ ਮੰਗ ਲੈਂਦਾ ਨਹੀਂ, ਤੁਸੀਂ 4 ਬੰਦੇ ਆ ਜਾਓ। ਮੈਂ ਕਿਹਾ ਨਹੀਂ, ਸੰਗਤ ਦੇ ਵਿੱਚ ਆਏਗਾ, ਮਾਫ਼ੀ ਮੰਗੇਗਾ, ਹੱਥ ਜੋੜੇਗਾ, ਫਿਰ ਸੋਚਿਆ ਜਾਵੇਗਾ। ਅਤੇ ਉਸ 40 ਸਾਲਾਂ ਜਿਹੜਾ ਪ੍ਰਧਾਨ ਸੀਗਾ ਮੈਂ ਬਣਿਆ ਹੋਇਆ, ਉਹਦੀ ਜਿਹੜੀ ਆਕੜ ਹੈ ਗੁਰੂ ਪੰਥ ਨੇ ਉਹ ਮਿੰਟਾਂ ਦੇ ਵਿੱਚ ਕੱਢੀ ਹੈ। ਵਾਰ ਵਾਰ ਲੋਕਲ MLA ਹੈ ਉਹਦੇ ਵੀ ਫੋਨ ਕਰਾਉਂਦਾ ਰਿਹਾ, DSP ਨੂੰ। DSP ਕਹਿੰਦਾ ਮੇਰੇ ਹੱਥ ਖੜ੍ਹੇ ਨੇ, ਮੈਂ ਕੁਛ ਨਹੀਂ ਕਰ ਸਕਦਾ ਹੁਣ। ਪੰਥ ਬਾਹਰ ਖੜਿਆ ਵੀ ਮੈਂ ਨਹੀਂ ਕੁਛ ਕਰ ਸਕਦਾ, ਵੀ ਲੋਕ ਜਜ਼ਬਾਤੀ ਹੋਏ ਨੇ, ਪਤਾ ਨਹੀਂ ਕੀ ਫੈਸਲਾ ਲੈ ਲੈਣਾ। ਉਹ ਮਾਫ਼ੀ ਮੰਗਾਈ ਉੱਤੋਂ। ਉਹ ਤੋਂ ਬਾਅਦ ਨਰਡੂ ਪਿੰਡ 'ਚ ਵੀ ਇੱਦਾਂ ਹੀ ਗ੍ਰੰਥੀ ਸਿੰਘ ਨਾਲ ਧੱਕਾ ਹੋ ਰਿਹਾ ਸੀ, ਅਤੇ ਹੋਰ ਵੀ ਪ੍ਰਬੰਧ ਮਾੜੇ ਸੀਗੇ ਗੁਰਦੁਆਰਾ ਸਾਹਿਬ 'ਚ। ਉੱਥੇ ਅਸੀਂ ਧਰਨਾ ਲਾਇਆ ਉਹਦੇ ਵਿਰੋਧ 'ਚ, ਕਿਉਂਕਿ ਪੁਲਿਸ ਉਹਦੀ ਸਮਰਥਨ ਕਰ ਰਹੀ ਸੀ। ਧਰਨੇ ਦੌਰਾਨ ਸਾਡੇ ਦੇ ਉੱਤੇ ਲਾਠੀਚਾਰਜ ਵੀ ਕੀਤਾ ਪੁਲਿਸ ਨੇ, ਤੁਸੀਂ ਵੀਡੀਓ ਦੇਖੀ ਹੋਵੇਗੀ ਪਟਿਆਲੇ ਦੀ। ਸਾਨੂੰ ਉੱਥੇ ਰਾਹਗੀਰ ਬੱਸਾਂ 'ਚੋਂ, ਟਰੱਕਾਂ 'ਚੋਂ, ਕਾਰਾਂ 'ਚੋਂ ਉੱਤਰ ਕੇ ਪੁੱਛਣ ਲੱਗੇ ਵੀ ਧਰਨਾ ਕਿਉਂ ਲਾਇਆ। ਅਸੀਂ ਦੱਸਿਆ ਵੀ ਗ੍ਰੰਥੀ ਸਿੰਘ ਨਾਲ ਧੱਕਾ ਅਤੇ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਹੈ ਉਹ ਠੀਕ ਕਰਨਾ ਚਾਹੁੰਦੇ ਹਨ। ਉਹ ਕਹਿਣ ਲੱਗੇ ਗ੍ਰੰਥੀ ਸਿੰਘ ਕਰਕੇ ਧੱਕਾ ਧਰਨਾ, ਵੀ ਇਹ ਪਹਿਲੀ ਵਾਰ ਸੁਣਨ 'ਚ ਆਈ ਹੈ ਗੱਲ, ਤੁਸੀਂ ਦੇਖੋ। ਮੈਂ ਵੀ ਇੱਕ ਉਹ ਗੱਲ ਨੋਟ ਕੀਤੀ ਵੀ ਅੱਜ ਤੱਕ ਤੁਸੀਂ ਕਦੇ ਅਖਬਾਰ 'ਚ ਨਹੀਂ ਪੜ੍ਹਿਆ ਹੋਵੇਗਾ ਕਿ ਗ੍ਰੰਥੀ ਸਿੰਘ ਕਰਕੇ ਸਿੱਖਾਂ ਨੇ ਧਰਨਾ ਲਾਇਆ ਹੋਵੇ ਅਤੇ ਡਾਂਗਾ ਖਾਈਆਂ ਹੋਣ। ਖਾਲਸਾ ਜੀ, ਸਾਡੀ ਕੌਮ ਨੂੰ ਉਸ ਲੈਵਲ 'ਤੇ ਲੈ ਕੇ ਆਉਣਾ ਪਵੇਗਾ। ਉਸੇ ਦਿਨ ਜਦੋਂ ਡਾਂਗ ਚੱਲੀ ਆ, ਉਹ ਤੋਂ ਬਾਅਦ ਵੀ ਅਸੀਂ ਧਰਨੇ 'ਤੇ ਬੈਠੇ ਰਹੇ ਹਾਂ। ਉੱਥੇ SSP SP ਮਿੰਟਾਂ ਕਰ ਰਹੇ ਸੀ ਕਿ ਧਰਨਾ ਚੁੱਕ ਲਓ, ਅਸੀਂ ਕਹਿੰਦੇ ਨਹੀਂ। ਜਦੋਂ ਤੱਕ ਕਮੇਟੀ ਨਹੀਂ ਬਦਲੀ ਜਾਂਦੀ ਆ, ਉਹਦਾ ਕੋਈ ਐਲਾਨ ਨਹੀਂ ਸਾਨੂੰ ਠੋਸ ਹੁੰਦਾ, ਉਦੋਂ ਤੱਕ ਅਸੀਂ ਇੱਥੇ ਬੈਠਾਂਗੇ। ਅਗਲੇ ਦਿਨ ਹੀ ਰਾਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਨੂੰ ਪਿੰਡ ਵਾਲਿਆਂ ਨੇ, ਗ੍ਰੰਥੀ ਸਿੰਘ ਨੇ ਘੱਟੋ ਘੱਟ 40-50 ਚਿੱਠੀ ਲਿਖੀਆਂ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਉਸੇ SGPC ਤੋਂ 4-5 ਬੰਦੇ ਆਏ, ਰਾਤੋ ਰਾਤ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਤਬਦੀਲ ਕਰਤੀ, ਬਦਲ ਦਿੱਤੀ ਗਈ। ਖਾਲਸਾ ਜੀ, ਇੱਕ ਅੰਗਰੇਜ਼ ਹੋਇਆ ਵਿਦਵਾਨ ਬਾਹਰ ਦਾ, ਉਹਨੇ ਦੁਨੀਆ ਦੇ ਤਮਾਮ ਧਰਮਾਂ 'ਤੇ ਸਟੱਡੀ ਕੀਤੀ ਹੈ, ਜੋਇਸ ਪੈਡੀਗ੍ਰੀਨ ਉਹਦਾ ਨਾਂ ਹੈ। ਉਹ ਕਹਿੰਦਾ ਵੀ ਇੱਕੋ ਇੱਕ ਧਰਮ ਹੈ, ਇੱਕੋ ਇੱਕ ਕੌਮ ਹੈ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਟੱਕਰ ਲਈ ਹੈ, ਉਹ ਕੌਣ ਨੇ? ਉਹ ਕਹਿੰਦਾ ਸਿੱਖ। ਤੁਹਾਡੇ ਬਾਰੇ, ਸਾਡੇ ਬਾਰੇ ਉਹ ਸ਼ਬਦ ਵਰਤੇ ਨੇ ਅਸੀਂ, ਪਰ ਹਾਲਾਤ ਇੱਦਾਂ ਦੇ ਸਾਡੇ ਬਣ ਗਏ ਨੇ ਕਿ ਅਸੀਂ ਪਿੰਡਾਂ ਦੇ ਗ੍ਰੰਥੀਆਂ ਨੂੰ ਇਨਸਾਫ਼ ਨਹੀਂ ਦਵਾ ਸਕਦੇ। ਖਾਲਸਾ ਜੀ, ਬੜੀ ਮਦਭਾਗੀ ਗੱਲ ਹੈ, ਸਾਨੂੰ ਸੋਚਣਾ ਪਵੇਗਾ। ਜੇ ਸਾਡੇ ਪਿੰਡਾਂ ਦੇ ਗ੍ਰੰਥੀ ਸਿੰਘ ਪ੍ਰਚਾਰਕ, ਉਹਨਾਂ ਨੂੰ ਕਿਸੇ ਪਿੱਛੇ ਫਿਕਰ ਨਾ ਹੋਵੇ ਕਿਸੇ ਗੱਲ ਦਾ, ਤਾਂ ਤੁਸੀਂ ਫੇਰ ਰਿਜ਼ਲਟ ਦੇਖ ਲਿਓ ਕੀ ਹੋਣਗੇ। ਸੋ ਸਮਾਂ ਬੜਾ ਥੋੜ੍ਹਾ, ਪਹਿਲਾਂ ਹੀ ਬਹੁਤ ਹੋ ਚੁੱਕਿਆ। ਮੈਂ 1-2 ਹੋਰ ਬੇਨਤੀਆਂ ਕਰਕੇ ਸਮਾਪਤੀ ਕਰਦੇ ਹਾਂ। ਆਪਾਂ ਇੱਕ ਲਹਿਰ ਖੜੀ ਕਰੀਏ ਗ੍ਰੰਥੀ ਸਿੰਘਾਂ ਦੇ ਹੱਕ 'ਚ, ਅਤੇ ਜਿਹੜੀ ਸਾਡੀ ਆਹ ਜਥੇਬੰਦੀ ਆਪਾਂ ਬਣਾ ਰਹੇ ਹਾਂ, ਇਹ ਇਕੱਲੀ ਗ੍ਰੰਥੀਆਂ ਤੱਕ ਸੀਮਤ ਨਾ ਰੱਖੀਏ। ਇਹਦੇ ਜਿਹੜੇ ਮੈਂਬਰ ਨੇ, ਆਗੂ ਸਾਹਿਬਾਨ ਹੋਣ, ਉਹ ਪੰਥ ਦੀਆਂ ਬਾਕੀ ਜਿਹੜੀ ਗਤੀਵਿਧੀਆਂ ਹੁੰਦੀਆਂ ਨੇ
ਉਹਦੇ ਵਿੱਚ ਵੀ ਸ਼ਮੂਲੀਅਤ ਕਰਨ, ਭਾਵੇਂ ਉਹ ਹਾਜ਼ਰੀ ਹੀ ਲਵਾਉਣ, ਫਿਰ ਤੁਸੀਂ ਦੇਖਿਓ ਵੀ ਜਿਹੜੀ ਤੁਹਾਡੀ ਗੱਲ ਹੈ ਉਹ ਕਿਵੇਂ ਸੁਣੀ ਜਾਵੇਗੀ। ਕਿਉਂਕਿ ਕੌਮ ਦੇ ਵੱਡੇ ਹਿੱਸੇ ਦੇ ਵਿੱਚ ਇੱਕ ਗੱਲ ਹੈਗੀ ਹੈ, ਉਹ ਵਾਕਈ ਸੱਚ ਹੈਗੀ ਹੈ ਕਿਤੇ ਨਾ ਕਿਤੇ, ਕਿ ਜਦੋਂ ਬੰਦੀ ਸਿੰਘਾਂ ਦੇ ਸੰਬੰਧ 'ਚ ਮੋਰਚੇ ਲੱਗੇ ਨੇ ਜਾਂ ਹੋਰ ਬੜੇ ਮੋਰਚੇ ਲੱਗੇ ਨੇ, ਉਸ ਸਮੇਂ ਜਿਹੜੇ ਕੌਮ ਦੇ ਪ੍ਰਚਾਰਕ ਨੇ ਉਹ ਨਹੀਂ ਪਹੁੰਚਦੇ। ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਗੱਲਾਂ ਉਹਨਾਂ ਦੀ ਕਰ ਰਿਹਾ ਵੀ ਜਿਨ੍ਹਾਂ ਦੀ ਤਾਕੀ ਵੀ ਤਾਕੀ ਖੋਲ੍ਹਣ ਲਈ ਵੀ 10,000 ਤੇ ਬੰਦਾ ਰੱਖਿਆ ਹੁੰਦਾ, ਉਹਨਾਂ ਪ੍ਰਚਾਰਕਾਂ ਦੀ ਗੱਲ ਕਰ ਰਿਹਾ ਮੈਂ। ਪਰ ਉਹ ਗੱਲ ਹੈ ਜਿਹੜੀ ਸਾਡੇ ਸਾਰੇ ਗ੍ਰੰਥੀਆਂ 'ਤੇ ਲਾਗੂ ਹੋ ਜਾਂਦੀ ਹੈ। ਇਹਦੇ ਵਿੱਚ ਵੀ ਕੈਟਾਗਰੀਆਂ ਨੇ, ਇਹਦੇ ਵਿੱਚ ਵੀ ਫਰਕ ਹੈ। ਇੱਕ ਕਥਾਵਾਚਕ ਆਉਂਦਾ, ਅੱਧਾ ਘੰਟਾ ਪੌਣਾ ਘੰਟੇ ਗੱਲ ਕਰਦਾ ਅਤੇ ਉਹ 51,000 ਰੁਪਏ ਲੈ ਕੇ ਜਾਂਦਾ, ਉਹ ਲਵੇ, ਮੈਂ ਨਹੀਂ ਮਨਾ ਕਰਦਾ ਵੀ ਨਹੀਂ ਮਿਲਣਾ ਚਾਹੀਦਾ, ਪਰ ਘੱਟੋ ਘੱਟ ਉਹਦਾ ਇੰਨਾ ਤਾਂ ਫਰਜ਼ ਬਣਦਾ ਕਿ ਉਹ ਗੁਰਦੁਆਰਾ ਕਮੇਟੀ ਨੂੰ ਪੁੱਛੇ ਕਿ ਗ੍ਰੰਥੀ ਸਿੰਘ ਦੀ ਭੇਟਾ ਕਿੰਨੀ ਹੈ। ਜੇ ਘੱਟ ਹੈ ਤਾਂ ਉਹਨੂੰ ਵੱਧ ਦਿੱਤੀ ਜਾਵੇ, ਭਾਵੇਂ ਮੇਰਾ 5,000 ਘੱਟ ਕਰ ਦਿਓ। ਕਿਤੇ ਕੋਈ ਕਰਦਾ ਸਾਡਾ ਪ੍ਰਚਾਰਕ ਇੰਨੀ ਗੱਲ? ਕਿਉਂ ਨਹੀਂ? ਇੱਕ ਢਾਡੀ ਹੈ, ਮੈਂ ਤਾਂ ਉਹਦੀ ਭੇਟਾ ਸੁਣ ਕੇ ਹੈਰਾਨ ਹੋ ਗਿਆ, 1,25,000 ਰੁਪਈਆ। ਕਿਤੇ ਉਹ ਵੀ ਪ੍ਰਚਾਰਕ ਨੇ ਵੀ ਜਿਹੜੇ 500 ਰੁਪਈਆ, 1,000 ਰੁਪਈਆ, 2,000, 5,000 ਹਨ, ਇੱਥੇ ਸਬਰ ਕਰਕੇ ਜਿਹੜਾ ਸੰਤੋਖ ਦੇ ਨਾਲ ਸੇਵਾ ਨਿਭਾ ਰਹੇ ਨੇ। ਪਰ ਉਹ ਜਿਹੜੀ ਸਾਡੇ ਉੱਤੇ ਵਾਲੀ ਕੈਟਾਗਰੀ ਹੈ, ਉਹ ਵੀ ਨਹੀਂ ਸੋਚਦੀ, ਉਹ ਖੁਦ ਪ੍ਰਚਾਰਕ ਹੋਣ ਦੇ ਬਾਵਜੂਦ, ਜਦੋਂ ਕਿ ਉਹ ਸਾਰੇ ਇਹਨਾਂ ਹਾਲਾਤਾਂ 'ਚੋਂ ਨਿਕਲੇ ਹੋਣਗੇ, ਇੱਕ ਦਿਨ ਨਹੀਂ ਕੋਈ ਸਟਾਰ ਬਣਦਾ, ਪਰ ਫਿਰ ਵੀ ਉਹ ਲੋਕ ਕਿਉਂ ਨਹੀਂ ਸਾਡੀ ਗੱਲ ਕਰਦੇ? ਮੇਰਾ ਵੀਰ ਗੱਲ ਕਰ ਰਿਹਾ ਸੀਗਾ, ਭਾਵੇਂ ਕਾਂਗਰਸ ਆ ਜੇ, ਅਕਾਲੀ ਆ ਜੇ, ਉਹ ਕਹਿੰਦੇ ਵੀ ਅਸੀਂ ਆਪਣਾ ਬੰਦਾ ਲਾਉਣਾ, ਅਤੇ ਜੇ ਦੂਜੀ ਪਾਰਟੀ ਆ ਜੇ ਤਾਂ ਉਹ ਕਹਿੰਦੀ ਅਸੀਂ ਆਪਣਾ ਲਾਉਣਾ। ਅਕਾਲ ਤਖਤ ਸਾਹਿਬ ਤੋਂ ਕਿਉਂ ਨਹੀਂ ਇਹੋ ਜਿਹਾ ਹੁਕਮਨਾਮਾ ਜਾਰੀ ਕੀਤਾ ਇਹਨਾਂ ਨੇ? ਜਿਹੜਾ ਗ੍ਰੰਥੀ ਸਿੰਘਾਂ ਨੂੰ ਪਾਵਰ ਦਿੰਦਾ ਹੋਵੇ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ, ਉਹਦੇ ਅਨੁਸਾਰ ਗ੍ਰੰਥੀ ਸਿੰਘ ਕੋਈ ਵੀ ਫੈਸਲਾ ਲਵੇ, ਅਤੇ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕੋਈ ਦਖਲਅੰਦਾਜ਼ੀ ਕਰਦੀ ਤਾਂ ਅਸੀਂ ਜਵਾਬ ਦੇਵਾਂਗੇ। ਕਿਉਂ ਨਹੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਂਦਾ? ਕੋਈ ਵੱਡੀ ਗੱਲ ਨਹੀਂ, ਉੱਥੇ ਇੱਕ ਬੰਦਾ ਬਿਠਾ ਦੇਣਾ 5-7-10,000 ਦੇ ਅਕਾਲ ਤਖਤ ਸਾਹਿਬ ਦੇ ਉੱਤੇ, ਇੱਕ ਹੈਲਪਲਾਈਨ ਨੰਬਰ ਜਾਰੀ ਹੋਵੇ ਵੀ ਜਿਹੜਾ ਪੂਰੇ ਪੰਜਾਬ ਜਾਂ ਪੰਜਾਬ ਤੋਂ ਬਾਹਰ ਇਹ ਗੱਲ ਦਾ ਮੈਸੇਜ ਹੋਵੇ ਵੀ ਕਿਸੇ ਵੀ ਗ੍ਰੰਥੀ ਸਿੰਘ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਇਸ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਦੱਸਿਆ ਜਾਵੇ। ਖਾਲਸਾ ਜੀ, ਹੋ ਸਕਦਾ ਸਾਰਾ ਕੁਛ, ਪਰ ਕਰਨਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਸਿਰਫ ਵੋਟਾਂ ਲਈ ਹੈ। ਵੋਟਾਂ ਲੈਣੀਆਂ ਮਾੜੀ ਗੱਲ ਨਹੀਂ, ਪਰ ਧਰਮ ਨੂੰ ਛਿੱਕੇ ਟੰਗ ਕੇ ਵੋਟਾਂ ਲੈਣੀਆਂ ਵੀ ਸਾਡੇ ਲਈ ਕੋਈ ਸਮਝਦਾਰੀ ਵਾਲੀ ਗੱਲ ਨਹੀਂ। ਕਿਉਂਕਿ ਖਾਲਸਾ ਜੀ, ਪੰਜਾਬ ਦਾ ਜਿਹੜਾ ਭਵਿੱਖ ਹੈ, ਵਿੱਚੇ ਇੱਕ ਪਾਠ ਸਾ ਗ੍ਰੰਥੀ ਸਿੰਘ, ਉਹ ਵੀ ਵਿੱਚੇ ਆ ਜਾਂਦਾ ਪੰਥ ਅਤੇ ਪੰਜਾਬ ਦੇ ਵਿੱਚ, ਉਹਨਾਂ ਸਾਰਿਆਂ ਦਾ ਜਿਹੜਾ ਭਵਿੱਖ ਹੈ ਪੰਜਾਬ ਦੀ ਰਾਜਨੀਤੀ ਤੈਅ ਕਰਦੀ ਹੈ, ਇਹਨੂੰ ਸਮਝਣਾ ਪੈਣਾ ਸਾਨੂੰ। ਜੇ ਕਾਂਗਰਸ ਅਕਾਲੀਆਂ ਤੋਂ ਬਿਨਾਂ ਕੋਈ ਸਾਡੀ ਕਿਤੇ ਪੰਥਕ ਸਰਕਾਰ ਬਣੀ ਹੁੰਦੀ ਅਤੇ ਖਾਲਸਾ ਜੀ ਤੁਸੀਂ ਇੱਥੇ ਇਕੱਤਰਿਤ ਨਾ ਹੋਏ ਹੁੰਦੇ, ਤੁਹਾਡੇ ਜਿਹੜੇ ਮਸਲੇ ਨੇ ਉਹ ਇੱਦਾਂ ਹੀ ਹੱਲ ਹੋਣੇ ਚਾਹੀਦੇ ਸੀਗੇ, ਉਹ ਹੋਣੇ ਵੀ ਸੀ, ਕਿਉਂਕਿ ਆਏ ਵਾਰੀ ਸਰਕਾਰਾਂ ਅਕਾਲੀਆਂ ਦੇ ਵਿਰੋਧ 'ਚ ਅਸੀਂ ਦੂਜੇ ਨੂੰ ਪਾ ਦਿੰਦੇ ਹਾਂ, ਦੂਜੇ ਤੋਂ ਬਾਅਦ ਟੋਪੀਆਂ ਵਾਲੇ ਕਦੇ ਕੋਈ ਆ ਗਿਆ। ਖਾਲਸਾ ਜੀ, ਅਸੀਂ ਆਪਣੇ ਬਾਰੇ ਕਦੇ ਸੋਚਿਆ ਹੀ ਨਹੀਂ
ਕਿ ਪੰਜਾਬ ਦੇ ਅੰਦਰ ਦਿੱਲੀ ਤੋਂ ਚੱਲ ਕੇ ਕੋਈ ਸਰਕਾਰ ਬਣਾ ਸਕਦਾ, ਅਸੀਂ ਆਪਣੀ ਪੰਥਕ ਸਰਕਾਰ ਕਿਉਂ ਨਹੀਂ ਬਣਾ ਸਕਦੇ? ਕਿਉਂਕਿ ਖਾਲਸਾ ਜੀ ਜਿਹੜੀ ਇਹ ਸਮੱਸਿਆਵਾਂ ਨੇ, ਇਹ ਸਿਰਫ ਮੇਰੇ ਵੀਰ ਨੇ ਗੱਲ ਕੀਤੀ ਹੈ ਵਧੀਆ, ਡੋਨੇਸ਼ਨ ਫੰਡ ਦੀ ਗੱਲ ਕੀਤੀ ਹੈ ਬਹੁਤ ਸੋਹਣੀ ਹੈ, ਪਰ ਸਿਰਫ ਇਹਦੇ ਨਾਲ ਨਹੀਂ ਹੱਲ ਹੋਣਾ ਇਹ ਇਹ ਮਸਲਾ ਹੀ ਸਾਰਾ ਧਾਰਮਿਕ ਦੇ ਨਾਲ ਸਿਆਸੀ ਵੱਧ ਹੈ। ਜੇਕਰ ਸਾਡੀ ਉੱਤੇ ਹਾਈ ਕਮਾਂਡ ਇਹੋ ਜਿਹੀ ਹੋਵੇ ਤਾਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰ ਸਕਦੀ ਹੈ ਕਿ ਪਿੰਡਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਸੀਂ ਉਸੇ ਦਿਨ ਭੰਗ ਕਰ ਦੇਵਾਂਗੇ ਜਿਸ ਦਿਨ ਗ੍ਰੰਥੀ ਸਿੰਘ 'ਤੇ ਉਂਗਲ ਚੁੱਕੀ ਗਈ। ਹੋ ਸਕਦੇ ਕਿ ਨਹੀਂ ਹੋ ਸਕਦੇ ਇਹੋ ਜਿਹੇ ਹੁਕਮਨਾਮੇ ਜਾਰੀ, ਪਰ ਕਿਹੋ ਜਿਹੇ ਹੁੰਦੇ ਨੇ? ਸਰਸੇ ਵਾਲੇ ਨੂੰ ਮਾਫ਼ ਕਰ ਦਿਓ ਜੀ, ਕਿਉਂ? ਅੱਗੇ ਵੋਟਾਂ ਆ ਗਈਆਂ ਨੇ ਇਸ ਲਈ। ਉਹ ਭਰਾਵੋ ਜਿਹੜੇ ਬੰਦੇ ਪਿੱਛੇ ਚਾਰ ਸਿੰਘ ਸਾਡੇ ਸ਼ਹੀਦ ਹੋ ਗਏ, 100 ਤੋਂ ਵੱਧ ਨੌਜਵਾਨਾਂ ਨੂੰ ਜੇਲ੍ਹਾਂ 'ਚ ਜਾਣਾ ਪਿਆ ਹੋਵੇ, ਕੰਮ ਕਾਰ ਠੱਪ ਹੋ ਗਏ, ਉਸ ਬੰਦੇ ਨੂੰ ਤੁਸੀਂ 1 ਸਕਿੰਟਾਂ ਦੇ ਵਿੱਚ ਮਾਫ਼ੀ ਦੇ ਦਿੱਤੀ, ਪਰ ਜਿਹੜੇ ਕੌਮੀ ਹਾਲਾਤ ਬਣੇ ਹੋਏ ਨੇ ਉਹਨਾਂ ਪ੍ਰਤੀ ਤੁਸੀਂ ਕੋਈ ਚਿੰਤਕ ਨਹੀਂ ਹੈਗੇ। ਬਲਬੀਰ ਸਿੰਘ ਅਰਦਾਸੀਆ, ਮੈਂ ਅਕਸਰ ਐਗਜ਼ੈਂਪਲ ਦਿੰਦਾ ਹੁੰਦਾ, ਲੋਕ ਕਹਿੰਦੇ ਗ੍ਰੰਥੀਆਂ 'ਤੇ ਸਵਾਲ ਚੁੱਕਦੇ ਹੁੰਦੇ ਆ, ਭਾਈ ਬਲਬੀਰ ਸਿੰਘ ਅਰਦਾਸੀਆ ਵੀ ਇੱਕ ਗ੍ਰੰਥੀ ਸਿੰਘ ਹੈ। ਦੇਖੋ ਸਿੰਘ ਦੀ ਜ਼ੁਰਤ, ਬਾਦਲ ਸਾਹਮਣੇ ਆਇਆ ਤਾਂ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਸੋਫਾ ਦੇਣਾ, ਕੱਢ ਦਿਓ ਨੌਕਰੀ ਤੋਂ ਕੱਢਣਾ, ਕੋਈ ਪਰਵਾਹ ਨਹੀਂ, ਉਹ ਵੀ ਸਾਡੀ ਕੈਟਾਗਰੀ ਦਾ ਹਿੱਸਾ। ਕਿਉਂ ਨਹੀਂ ਅਸੀਂ ਉਹਨਾਂ ਨੂੰ ਸਟੇਜਾਂ 'ਤੇ ਰੋਲ ਮਾਡਲ ਬਣਾਉਂਦੇ ਗ੍ਰੰਥੀਆਂ ਦੇ? ਪੰਜ ਪਿਆਰੇ ਨੇ ਭਾਈ ਸਤਨਾਮ ਸਿੰਘ ਖੰਡਾਹੋਰੀ ਅਤੇ ਹੋਰ ਨਾਲ ਦੇ ਸਿੰਘ, ਤੁਸੀਂ ਦੇਖੋ ਜਦੋਂ ਕੌਮ ਦੀ ਗੱਲ ਆਈ ਤਾਂ ਲੱਤ ਮਾਰ ਕੇ ਨੌਕਰੀ ਨੂੰ ਪਰੇ ਹੋ ਗਏ ਵੀ ਨਹੀਂ ਸਾਨੂੰ ਬਿਲਕੁਲ ਪ੍ਰਵਾਨ ਨਹੀਂ। ਕੀ ਉਹ ਗ੍ਰੰਥੀ ਪ੍ਰਚਾਰਕ ਨਹੀਂ? ਕਿਉਂ ਉਹਨਾਂ ਦੀ ਗ੍ਰੰਥੀਆਂ ਦੀ ਗੱਲ ਕਰਦੇ ਹੋ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ? ਸੋ ਖਾਲਸਾ ਜੀ ਬਹੁਤ ਵਧੀਆ ਉਪਰਾਲਾ, ਦਾਸ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਇੱਥੇ ਰਾਜਪੁਰੇ ਤੋਂ ਆਪਦੇ ਦਰਸ਼ਨ ਕਰਨ ਲਈ ਪਹੁੰਚੇ ਹਾਂ, ਚਾਹੁੰਦੇ ਹਾਂ ਕੌਮ ਦਾ ਜਿਹੜਾ ਸਿਸਟਮ ਹੈ ਉਹ ਵਧੀਆ ਅਸੀਂ ਕ੍ਰੀਏਟ ਕਰ ਸਕੀਏ, ਵਧੀਆ ਬਣਾ ਸਕੀਏ, ਤਾਂ ਕਿ ਜਿਹੜੀ ਕੌਮ ਦੀ ਨੌਜਵਾਨੀ ਹੈ ਉਹ ਚੜ੍ਹਦੀ ਕਲਾ ਵਿੱਚ ਜਾਵੇ, ਕਿਉਂਕਿ ਸਾਡੇ ਲਈ ਇਹ ਦਿਨੋ ਦਿਨ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਕਿ ਗ੍ਰੰਥੀ ਸਿੰਘਾਂ ਨਾਲ ਜਿਹੜੇ ਧੱਕੇ ਹੋ ਰਹੇ ਨੇ। ਮੈਂ ਛੋਟੀ ਜਿਹੀ ਇੱਕ ਹੋਰ ਗੱਲ ਕਰਦੇ ਹਾਂ ਫਿਰ ਸਮਾਪਤੀ ਹੈ। ਇੱਕ ਗ੍ਰੰਥੀ ਸਿੰਘ ਦਾ ਫੋਨ ਆਇਆ ਕਿ ਗੁਰਦੁਆਰੇ ਦੇ ਪ੍ਰਧਾਨ ਹੈ, ਮੈਂ ਪਿੰਡ ਦਾ ਨਾਂ ਵੀ ਦੱਸਦਾ ਬਕਾਇਦਾ ਨਾਂ ਲੈ ਕੇ ਗੱਲ ਹੋਊਗੀ ਸਾਰੀ, ਝੂਰਹੇੜੀ ਮੋਹਾਲੀ ਜ਼ਿਲ੍ਹੇ 'ਚ ਪੈਂਦਾ SAS ਨਗਰ ਜ਼ਿਲ੍ਹਾ। ਉਹ ਮੇਰੇ ਕੋਲ ਦਫ਼ਤਰ 'ਚ ਆਇਆ, ਮੈਂ ਕਿਹਾ ਵੀ ਵੀਰ ਹੁਣ ਕਿੱਥੇ ਸੇਵਾ ਨਿਭਾ ਰਹੇ ਹੋ? ਉਹ ਕਹਿੰਦਾ ਵੀ ਮੈਂ ਖੁੱਲ੍ਹੀ ਸੇਵਾ ਨਿਭਾ ਰਿਹਾ, ਵੀ ਜਿੱਥੇ ਕੋਈ ਆਵਾਜ਼ ਮਾਰ ਲਵੇ ਉੱਥੇ ਪਾਠ ਕਰਨ ਚਲੇ ਜਾਈਦਾ। ਅਤੇ ਮੈਂ ਕਿਹਾ ਉੱਥੋਂ ਝੂਰਹੇੜੀ ਤੋਂ ਕਿਉਂ ਜਵਾਬ ਮਿਲ ਗਿਆ ਇਹ ਹਟ ਕੇ? ਕਹਿੰਦਾ ਭਾਈ ਸਾਹਿਬ ਜੀ ਮੈਂ ਪ੍ਰਧਾਨ ਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਇੱਕ ਦਿਨ, ਉਸ ਗੱਲ ਨੂੰ ਲੈ ਕੇ ਉਹਨੇ ਮੁੱਦਾ ਚੁੱਕ ਲਿਆ ਅਤੇ ਮੈਨੂੰ ਕਹਿੰਦਾ ਵੀ ਮੈਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ, ਵੀ ਵੱਡੇ ਵੱਡੇ ਆ ਕੇ ਮੇਰੇ ਪੈਰਾਂ ਹੱਥ ਲਾਉਂਦੇ ਨੇ। ਉਹ ਕਹਿਣ ਲੱਗਾ ਵੀ ਮੈਂ ਗੁਰੂ ਘਰ ਦਾ ਵਜ਼ੀਰ ਹਾਂ, ਵੀ ਤੈਨੂੰ ਸਿੱਖ ਹੋਣ ਦੇ ਨਾਤੇ ਫਤਿਹ ਤਾਂ ਬੁਲਾ ਸਕਦਾ, ਵੀ ਜੇ ਤੂੰ ਮੈਨੂੰ ਝੁੱਕ ਕੇ ਕਵੇਂ ਵੀ ਆਕੜ ਦੇ ਵਿੱਚ ਬੁਲਾ, ਵੀ ਇਹ ਨਹੀਂ ਹੋ ਸਕਦਾ। ਤਾਂ ਉਹ ਕਹਿਣ ਲੱਗਾ ਵੀ ਇੱਥੋਂ ਆਪਣਾ ਬੋਰੀ ਬਿਸਤਰਾ ਚੁੱਕ ਅਤੇ ਘਰ ਜਾ। ਖਾਲਸਾ ਜੀ ਇੱਦਾਂ ਦੇ ਹਾਲਾਤ ਨੇ, ਇਹਨੂੰ ਸਮਝਣਾ ਪੈਣਾ, ਕੈਂਸਰ ਹੈ ਇਹ ਬਿਮਾਰੀ ਹੈ, ਉਹਦਾ ਇੱਕ ਦਿਨ 'ਚ ਨਹੀਂ ਪਤਾ ਲੱਗਦਾ, ਪਰ ਹੋਈ ਹੁੰਦੀ ਸਾਨੂੰ ਲੰਮੇ ਸਮੇਂ ਤੋਂ ਹੈ, ਪਤਾ ਉਦੋਂ ਲੱਗਦੀ ਹੈ ਜਦੋਂ ਗਲ 'ਤੇ ਆ ਜਾਂਦੀ ਹੈ। ਇਹਨੂੰ ਸਮਝਣ ਦੀ ਲੋੜ ਹੈ, ਇਹ ਬਿਮਾਰੀ ਸਾਡੇ ਗਲ 'ਤੇ ਆਉਣ ਵਾਲੀ ਹੈ ਬਸ। ਸੋ ਦਾਸ ਜੀ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨਾ
ਅਸੀਂ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਜਿਹੜੀ ਤੁਸੀਂ ਸੰਸਥਾ ਬਣਾਈ ਹੈ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਹਿਯੋਗ ਦੀ ਲੋੜ ਹੋਊਗੀ, ਕਿਸੇ ਗ੍ਰੰਥੀ ਸਿੰਘ ਨੂੰ ਲੋੜ ਹੋਊਗੀ, ਸਾਨੂੰ ਆਵਾਜ਼ ਮਾਰਿਓ। ਜਿੰਨੀ ਕੁ ਸਾਡੀ ਸਮਰੱਥਾ ਹੋਊਗੀ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ। ਬਾਕੀ ਜਿਹੜੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾਲ ਨਾਲ ਉਹਨੂੰ ਆਜ਼ਾਦ ਕਰਾਉਣ ਬਾਰੇ ਜਿਹੜੀ ਗੱਲ ਜ਼ਰੂਰ ਕਰੀਏ, ਕਿਉਂਕਿ ਖਾਲਸਾ ਜੀ ਇੱਕ ਕਹਾਵਤ ਹੈ ਵੀ ਜਦੋਂ ਕੁੱਤੇ 'ਤੇ ਡੰਡਾ ਮਾਰੀਏ ਨਾ ਤਾਂ ਕੁੱਤਾ ਡੰਡੇ ਨੂੰ ਫੜਦਾ, ਅਤੇ ਜੇ ਸ਼ੇਰ ਨੂੰ ਮਾਰੀਏ ਤਾਂ ਸ਼ੇਰ ਗੱਲ ਨੂੰ ਪੈਂਦਾ। ਸੋ ਖਾਲਸਾ ਜੀ ਗੁਰੂ ਨੇ ਸਾਨੂੰ ਸ਼ੇਰ ਸੁਭਾਅ ਬਖਸ਼ਿਆ, ਅਸੀਂ ਗੱਲ ਨੂੰ ਪਈਏ ਡੰਡੇ ਨੂੰ ਨਾ ਫੜੀਏ। ਵੀ SGPC ਦੇ ਬਦਲਾਅ ਲਈ ਵੀ ਸਾਨੂੰ ਜਿਹੜੇ ਕਦਮ ਹੈ ਉਹ ਚੁੱਕਣੇ ਪੈਣਗੇ। ਤੁਸੀਂ ਇਹ ਕਦਮ ਚੁੱਕਣ ਦੀ ਗੱਲ ਕਰਕੇ ਦੇਖੋ ਇੱਕ ਵਾਰੀ, ਜੇ ਨਾ ਤੁਹਾਡੇ ਲਈ ਕੋਈ ਪ੍ਰਧਾਨ ਆਪ ਤੁਰ ਕੇ ਆਵੇ ਵੀ ਦੱਸੋ ਵੀ ਕੀ ਜਿਹੜੀ ਤੁਹਾਡੀ ਮੰਗਾਂ ਨੇ ਅਤੇ ਕਿਵੇਂ ਇਹ ਹੱਲ ਹੋਣਗੇ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।